You are in Yukon, I think, right? You are working in the hotel there, hotel? Hanji. I thought I may information check karna actually. ਤੁਹਾਡੇ ਜਿਹੜੇ ਹਸਬੈਂਡ ਮੇਰੇ ਖਿਆਲ ਦੁਬਈ ਤੋਂ ਵਾਪਸ ਆਏ ਆ ਮੇਰੇ ਖਿਆਲ ਨਾਲ ਹਾਂਜੀ ਇੱਕ ਵਾਰ ਰਿਫਿਊਜ਼ ਹੋ ਗਿਆ ਤੇ ਦੋ ਵਾਰ ਸ਼ਾਇਦ ਇੱਕ ਵਾਰ ਦੋ ਵਾਰ ਟਵਾਈਸ 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 ਫਿਰ ਆਪਾਂ ਮੇਰੇ ਖਿਆਲ ਫਾਰਮਿੰਗ ਨੂੰ ਸਪਲੀਮੈਂਟ ਕਰਨ ਲਈ ਜੇ ਫਾਰਮ ਲਾਇਆ ਪ੍ਰੂਫ ਆਫ ਇਨਕਮ ਲਾਇਆ ਮੇਰੇ ਖਿਆਲ ਬੈਂਕ ਸਟੇਟਮੈਂਟ ਵਿੱਚ ਕਾਫੀ ਫੰਡ ਸ਼ੋਅ ਕੀਤੇ ਹਾਂਜੀ ਸਰ ਜੇ ਹੁਣ ਵੀਜ਼ਾ ਨਹੀਂ ਆਉਂਦਾ ਤਾਂ ਫਿਰ ਪੀਐਨਪੀ ਫਾਈਲ ਕਰਕੇ ਫਿਰ ਮੈਂ ਸੋਚਦੀ ਸੀਗੀ ਅੱਛਾ ਅੱਛਾ ਸਾਵਨ ਜੀ ਕੋਈ ਗੱਲ ਨਹੀਂ ਤੁਸੀਂ ਬੜੀ ਮਿਹਨਤ ਕੀਤੀ ਹੈ ਤੁਹਾਡਾ ਵੀਜ਼ਾ ਹਸਬੈਂਡ ਦਾ ਆ ਗਿਆ ਅੱਜ ਥੈਂਕ ਯੂ ਸਰ ਦੈਟਸ ਅ ਗ੍ਰੇਟ ਨਿਊਜ਼ ਥੈਂਕ ਯੂ ਸਰ ਮੈਂ ਰੋਜ਼ ਪਾਠ ਕਰਦੀ ਸੀ ਹੁਣ ਪਹਿਲਾਂ ਮੈਂ ਨਹੀਂ ਕਰਦੀ ਸੀ Yeah, so relax, thoda ja peaceful, aa jao, hun mood je aa jao, thoda relax karo, hun jyada jadd-o-jahd karne di lod nahi hai. So, aaj hi unna da ek request aa gaya hai, passport request. Hanji. Matlab ke, I will send this letter to him shortly by email. So, he deposits the passports, he gets the visa. I think hopefully within few days, 4 to 5 business days. ਤੁਸੀਂ ਉਹਨਾਂ ਦੀ ਫਲਾਈਟ ਬੁੱਕ ਕਰੋ ਯੂਕੋਨ ਆਉਂਦੀ ਉਹਨਾਂ ਨੂੰ ਵੀ ਦਿਖਾਓ ਯੂਕੋਨ 'ਚ ਕੀ ਹੋ ਰਿਹਾ ਐਕਚੁਅਲੀ ਐਜ਼ ਅ ਮੈਟਰ ਆਫ ਫੈਕਟ ਅੱਜ ਤੱਕ ਮੈਂ ਵੀ ਯੂਕੋਨ ਨਹੀਂ ਆਇਆ ਮੈਨੂੰ ਵੀ ਨਹੀਂ ਪਤਾ ਕਿ ਯੂਕੋਨ ਦੇ ਵਿੱਚ ਕਿਸ ਤਰ੍ਹਾਂ ਹਾਲਾਤ ਨੇ ਪਰ ਸੁਣਦੇ ਜ਼ਰੂਰ ਹੈ ਠੰਡ ਬਹੁਤ ਹੈ ਪਰ ਠੰਡ ਬਹੁਤ ਹੈ ਪਰ ਸਰ ਬਹੁਤ ਬਿਊਟੀਫੁਲ ਪਲੇਸ ਆ ਬਹੁਤ ਸੋਹਣੇ ਵਿਊ ਪੁਆਇੰਟਸ ਹੈਗੇ ਆ ਤੇ ਵੈਸੇ ਵੀ ਹੁਣ ਤੇ ਮੈਨੂੰ ਸੋਹਣਾ ਹੀ ਲੱਗ ਰਿਹਾ ਸੁਣ ਕੇ ਪਹਿਲਾਂ ਮੈਨੂੰ ਵਧੀਆ ਨਹੀਂ ਲੱਗਦਾ ਸੀਗਾ ਕਿ ਕਿਉਂਕਿ ਮੈਂ ਇਕੱਲੀ ਸੀਗੀ ਨਹੀਂ ਮੈਂ ਤੁਹਾਡੇ ਕੇਸ ਤੇ ਤੁਹਾਡਾ ਮੇਰੇ ਖਿਆਲ ਮੇਰਾ ਕਾਫੀ ਓਕੇ ਸਿੰਪੈਥੀ ਸੀ ਤੁਹਾਡੇ ਕੇਸ ਦੇ ਬਾਰੇ ਕਿਉਂਕਿ ਤੁਸੀਂ ਮੇਰੇ ਖਿਆਲ ਲਾਸ ਤੋਂ 2-3 ਮਹੀਨੇ ਹੋ ਗਏ ਜੁੜੇ ਹੋਏ ਕਿੰਨੇ 3 ਮੰਥਸ ਹੋ ਗਏ ਹਾਂਜੀ ਸਰ ਜ਼ਿਆਦਾ ਹੋ ਗਏ ਸੋ ਤੁਹਾਡੇ ਵਾਰ ਪਹਿਲਾ ਜਿਹੜਾ ਕੇਸ ਪਹਿਲੀ ਵਾਰ ਫਾਇਲ ਕੀਤਾ ਸੀ ਕੇਸ ਸੋ ਉਹਦੇ ਵਿੱਚ ਮੈਨੂੰ ਉਮੀਦ ਸੀ ਕਿ ਤੁਹਾਡਾ ਹੋ ਜਾਏ ਕਿਉਂਕਿ ਪ੍ਰੂਫ ਆਫ ਰਿਲੇਸ਼ਨਸ਼ਿਪ ਇਜ਼ ਸਟਰੋਂਗ ਦੇਰ ਵਾਸ ਨੋ ਚਾਂਸ ਆਫ 05C2 ਬਟ ਉਹਨਾਂ ਨੇ ਆਬਜੈਕਸ਼ਨ ਲਾਤਾ ਫੰਡਸ ਦੇ ਬਾਰੇ ਫੰਡਸ ਪੈਸਾ ਜਿਹੜਾ ਸ਼ੋ ਕਰਨਾ ਹੈ ਸੋ ਉਹ ਫੰਡਸ ਆਪਾਂ ਬੂਸਟ ਅਪ ਕਰਕੇ ਇਟ ਹੈਜ਼ ਵਰਕਡ and I'm really really grateful to God and really grateful to people main tade bahut thankful ha sukhman sir de vi bahut thankful ha unna ne meri bahut help kiti tusi vi meri bahut help kiti thank you so much yeah badhiya oh customer service denda hai to be knowledge build kafi hai so I think he is doing a great job in how to prepare the paperwork ਮੇਰਾ ਕੰਮ ਤੇ ਸਿਰਫ ਐਕਚੁਅਲੀ ਮੇਰਾ ਕੰਮ ਤੇ ਸਿਰਫ ਇਹ ਹੁੰਦਾ ਅੱਜ ਕੱਲ ਕਿ ਆਈ ਐਮ ਜਾਈ ਜਸਟ ਸਬਮਿਟ ਬਾਕੀ ਡਾਕੂਮੈਂਟੇਸ਼ਨ ਤੇ ਮਿਹਨਤ ਕਰਨ ਵਾਲੇ ਬਹੁਤ ਦੁਨੀਆ ਅੱਜ ਕੱਲ ਹੈ ਜਿਹੜੀ ਮੈਨੂੰ ਹੈਲਪ ਕਰ ਰਹੀ ਹੈ ਜਿਹੜੀ ਡਾਕੂਮੈਂਟੇਸ਼ਨ ਕਰਦੀ ਹੈ ਸੋ ਆਈ ਐਮ ਗ੍ਰੇਟਫੁਲ ਟੂ ਆਲ ਦ ਪੀਪਲ ਹੂ ਹੈਵ ਕੰਟਰੀਬਿਊਟਿਡ ਦੇ ਐਫਰਟ ਆਪਣਾ ਦਿਮਾਗ ਲਾ ਕੇ ਉਹਦੇ ਵਿੱਚ ਡਾਕੂਮੈਂਟੇਸ਼ਨ ਨੂੰ ਕਿੱਦਾਂ ਸਜਾਉਣਾ ਹੈ ਕਿੱਦਾਂ ਪੇਸ਼ ਕਰਨਾ ਕੀ ਲਿਖਣਾ ਨਹੀਂ ਲਿਖਣਾ husband ਦੀ cooperation, ਤੁਹਾਡੀ patience, it is just a team contribution and today I have the privilege of letting you know that it has been successful. Thank you sir. You can disclose it to him if you want to but I think tusi apna ye mere khali yukon di flight hi badi mehangi hogi india to directly
ਸਰ ਕੋਈ ਨਹੀਂ ਇਟਸ ਓਕੇ ਡਾਇਰੈਕਟ ਫਲਾਈਟ ਹੋ ਜਾਊਗੀ ਯੂਕੋਨ ਉਤਰੇਗਾ, ਯੂਕੋਨ ਜਾ ਕੇ ਬਿਊਟੀ ਨੂੰ ਦੇਖੇਗਾ. ਅਸੀਂ ਅਸੀਂ ਯੂਕੋਨ ਜਾਣ ਦਾ ਮੌਕਾ ਹੀ ਨਹੀਂ ਮਿਲਿਆ. ਚਲੋ ਇਸ ਬਹਾਨੇ ਅਸੀਂ ਵੀ ਯੂਕੋਨ ਇੱਕ ਵਾਰ ਆ ਕੇ ਗੇੜਾ ਲਾ ਕੇ ਜਾ. ਹਾਂਜੀ ਸਰ, ਤੁਸੀਂ ਜ਼ਰੂਰ ਆਇਓ ਸਮਰਸ ਦੇ ਵਿੱਚ, ਖਾਸ ਕਰਕੇ ਬਹੁਤ ਟੂਰਿਸਟ ਆਉਂਦੇ ਆ ਵੈਸੇ ਅਮੈਰੀਕਾ ਤੋਂ ਵੀ ਸਾਰੇ ਕਿਤੇ. I appreciate your patience and I value your cooperation. ਜਿਹੜੀ ਤੁਸੀਂ ਮਿਹਨਤ ਕੀਤੀ, ਜਿਹੜੇ ਡਾਕੂਮੈਂਟਸ ਪ੍ਰੋਵਾਈਡ ਕੀਤੇ ਹੈ ਤੇ ਉਹਦੇ ਥਰੂ ਹੀ ਹੋਇਆ ਤੇ the result is in front of you. So I think if this is us, he got the visa in second time. I think ਇਸ ਤੋਂ ਪਹਿਲਾਂ ਵੀ ਰਿਫਿਊਜ਼ ਹੋ ਗਿਆ ਸੀ ਇਹ ਦੂਸਰੀ ਵਾਰ ਤੋਂ ਪਹਿਲਾਂ ਕਿ this is the only second time? ਨਹੀਂ ਸਰ, ਇਹ ਸੈਕਿੰਡ ਟਾਈਮ ਹੀ ਰਿਫਿਊਜ਼ ਹੈ. ਪਹਿਲੀ ਵਾਰੀ ਜਦੋਂ ਮੈਂ ਲਾਈ ਸੀ ਉਦੋਂ ਰਿਫਿਊਜ਼ ਹੈ, ਤੁਹਾਡੇ ਕੋਲੋਂ ਇੱਕ ਵਾਰੀ ਹੋਇਆ ਬਸ. Wait, this is the third time. This is third time we got. Third time. Lot of people, they call me from Punjab and they ask me ke paaji tusi ਫਾਈਲ ਲਾ ਦੋ, ਮੈਨੂੰ ਪਤਾ ਹੈ ਫਾਈਲ ਤੁਹਾਡੇ ਤੋਂ ਲੱਗ ਜਾਏਗੀ ਤੇ ਵੀਜ਼ਾ ਗਰੰਟੀ ਮਿਲ ਜਾਏਗਾ, ਤੇ ਉਹਨਾਂ ਨੂੰ ਯਕੀਨ ਕਰਵਾਉਣਾ ਬੜਾ ਮੁਸ਼ਕਲ ਹੁੰਦਾ ਹੈ ਮੈਨੂੰ ਕਿ ਨਹੀਂ ਮੇਰੇ ਤੋਂ ਵੀ ਕੇਸ ਰਿਫਿਊਜ਼ ਹੋ ਸਕਦਾ ਹੈ ਤੇ ਹੁੰਦਾ ਹੈ, ਜਿਸ ਤਰ੍ਹਾਂ ਤੁਹਾਡਾ ਕੇਸ ਹੋਇਆ ਇੱਕ ਵਾਰ. ਹਾਂਜੀ, ਕਿਉਂਕਿ ਉਹਨਾਂ ਤੋਂ ਫਿਰ ਵੀ ਕੋਈ ਰੀਜ਼ਨ ਮਿਲ ਗਿਆ ਸੀ ਉਹਨਾਂ ਨੂੰ ਇੱਕ, ਹਨਾ, ਜਦ ਤੱਕ ਆਪਾਂ ਕੋਈ ਰੀਜ਼ਨ ਨਹੀਂ ਛੱਡਦੇ ਫਿਰ ਹੁੰਦਾ ਹੈ. ਪਰਮਾਤਮਾ ਦੀ ਬਹੁਤ ਬਹੁਤ ਮਿਹਰ ਹੋਈ ਹੈ ਕਿ ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ. ਤੇ ਸਰ ਮੈਂ ਸੁਖਮਨ ਸਰ ਦਾ ਵੀ ਬਹੁਤ ਥੈਂਕ ਯੂ ਕਰਦੀ ਹਾਂ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਸੀ. I will tell him myself. I think he does not know so far. You are the first person who knows. Oh, thank you very much for your time and I guess you'll be in touch soon. Yes, thank you sir. Thank you so much. Bye. Introduction for me. All right, my name is Amarjot. I'm talking to Savanjit. Thank you, sir. Thank you. Thank you to a lot of other people. Sukman is also on the line. Sukman Abadari? Haan ji, sir. Sat Sri Akaal, sir. ਸਰ ਸਭ ਤੋਂ ਪਹਿਲਾਂ ਮਤਲਬ ਜਦੋਂ ਇਹ ਆਪਣੇ ਕੋਲ ਆਏ ਸੀ ਇਹਨਾਂ ਦੀ ਇੱਕ ਰਿਫਿਊਜ਼ਲ ਲੱਗ ਚੁੱਕੀ ਸੀ ਤੇ ਉਦੋਂ ਜਿਹੜੀ ਇਹਨਾਂ ਦੀ ਓਪਨ ਵਰਕ ਪਰਮਿਟ ਦੀ ਇਹਨਾਂ ਦੇ ਹਸਬੈਂਡ ਦੀ ਰਿਫਿਊਜ਼ਲ ਲੱਗੀ ਸੀ ਉਹ ਲੱਗੀ ਸੀ ਕਿ ਮਤਲਬ ਤੁਹਾਡਾ ਜਿਹੜਾ ਰਿਲੇਸ਼ਨ ਹੈ ਉਹ ਜੈਨੂਇਨੀ ਹੈ. ਹਾਂਜੀ, ਤੇ ਉਸ ਤੋਂ ਬਾਅਦ ਚ ਆਪਣੇ ਕੋਲ ਆਏ ਸੀ ਤੇ ਆਪਾਂ ਫਿਰ ਇਹਨਾਂ ਦੇ ਸੈਕਿੰਡ ਟਾਈਮ ਅਪਲਾਈ ਕੀਤਾ ਸੀ ਜਿਹੜਾ ਉਹ ਆਪਾਂ ਕੀਤਾ ਸੀ, ਫਸਟ ਟਾਈਮ ਉਹਨਾਂ ਨੇ ਖੁਦ ਕੀਤਾ ਸੀ. ਤੇ ਜਦੋਂ ਆਪਾਂ ਸੈਕਿੰਡ ਟਾਈਮ ਅਪਲਾਈ ਕੀਤਾ ਸੀ ਤਾਂ ਇਹਨਾਂ ਦੇ ਜਿਹੜੇ ਆ ਉਸ ਟਾਈਮ ਤੱਕ ਕੇਸ ਨੂੰ ਆਏ, ਆਪਾਂ ਵੇਟ ਕਰਦੇ ਸੀ ਇਹਨਾਂ ਦੇ ਕੇਸ ਨੂੰ ਦੀ, ਤੇ ਫਿਰ ਆਪਾਂ ਵੇਟ ਕਰਕੇ ਤੇ ਆਪਾਂ ਜਿਹੜਾ ਇਹਨਾਂ ਦੀ ਫਾਈਲ ਅਪਲਾਈ ਕਰਦੇ. ਜਦੋਂ ਉਸ ਤੋਂ ਬਾਅਦ ਜਦੋਂ ਕੈਪਸ ਨੋਟ ਆਏ ਉਹਦੇ ਵਿੱਚ ਇਹ ਗੱਲ ਨਿਕਲ ਕੇ ਆਈ ਕਿ ਜਿਹੜੀ ਇਹਨਾਂ ਦੇ ਵੀਜ਼ਾ ਆਫੀਸਰ ਨੇ ਕਿਹਾ ਆ ਉਸਦੇ ਵਿੱਚ ਕਿ ਮਤਲਬ ਮੈਂ ਇਸ ਚੀਜ਼ ਤੋਂ ਸੈਟੀਸਫਾਈ ਨਹੀਂ ਆ ਕਿ ਜਦੋਂ ਇਹਨਾਂ ਦੀ ਵਾਈਫ ਦਾ ਉੱਥੇ ਸਟੇਟਸ, ਜਦੋਂ ਇਹਨਾਂ ਦੀ ਵਾਈਫ ਐਕਚੁਅਲੀ ਜਿਹੜੇ ਇਹ ਖੁਦ ਜਦੋਂ ਇੱਥੇ ਆਏ ਸੀ ਉਦੋਂ ਇਹਨਾਂ ਦੀ ਮੈਰਿਜ ਨਹੀਂ ਸੀ ਹੋਈ, ਇਹਨਾਂ ਨੇ ਇੱਥੋਂ ਜਾ ਕੇ ਆਪਣੇ ਹਸਬੈਂਡ ਦੇ ਨਾਲ ਮੈਰਿਜ ਕਰਵਾਈ ਸੀ ਤੇ ਇਹਨਾਂ ਦੇ ਹਸਬੈਂਡ ਉਸ ਟਾਈਮ ਇੰਡੀਆ ਆਏ ਸੀ ਜਦੋਂ ਇਹਨਾਂ ਦਾ ਸਟੇਟਸ ਚੇਂਜ ਹੋ ਚੁੱਕਿਆ ਸੀ, ਮਤਲਬ ਇਹ ਓਪਨ ਵਰਕਰ ਤੇ ਸੋਰੀ ਆਫਟਰ ਸਟੱਡੀ ਇਹਨਾਂ ਨੇ ਵਰਕ ਪਰਮਿਟ ਲੈ ਲਿਆ ਸੀ. ਆਪ ਵੀਜ਼ਾ ਆਫੀਸਰ ਨੇ ਕਿਹਾ ਕਿ ਉਹਨਾਂ ਦੇ ਹਸਬੈਂਡ ਉਦੋਂ ਹੀ ਕਿਉਂ ਅਰਬ ਕੰਟਰੀ ਤੋਂ ਇੰਡੀਆ ਆਏ ਆ ਜਦੋਂ ਕਿ ਉਹਨਾਂ ਦਾ ਸਟੇਟਸ ਚੇਂਜ ਹੋਇਆ ਜਦੋਂ ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ. ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਇੰਟੈਂਸ਼ਨ ਆ ਕਿ ਇਹ ਇੱਥੇ ਆ ਕੇ ਮਤਲਬ ਜੋ ਹੁਣ ਉਹਨਾਂ ਦੀ ਵਾਈਫ ਵਰਕ ਪਰਮਿਟ ਮਿਲ ਗਿਆ ਤੇ ਹੁਣ ਉਹਨਾਂ ਲਈ ਉੱਥੇ ਕੈਨੇਡਾ ਪਹੁੰਚਣਾ ਈਜ਼ੀ ਹੋ ਜਾਏਗਾ, ਇਸ ਕਰਕੇ ਇਹਨਾਂ ਨੇ ਮੈਰਿਜ ਕੀਤੀ ਆ. ਦੂਸਰਾ ਸਰ ਉਹਨੇ ਕਿਹਾ ਸੀ ਕਿ ਜਿਹੜੀ ਤੁਸੀਂ ਮੈਨੂੰ ਸਕਰੀਨਸ਼ਾਟ ਦਿੱਤਾ ਫਸਟ ਅਟੈਂਪਟ ਵਿੱਚ ਉਹਨਾਂ ਦੀ ਇੰਟਰਵਿਊ ਆਈ ਤੇ ਹਸਬੈਂਡ ਤੇ ਉਹਨਾਂ ਨੇ ਉਹਦੇ ਵਿੱਚ ਇਹ ਸਕਰੀਨਸ਼ਾਟਸ ਵਿਖਾਏ ਸੀ ਵਟਸਐਪ ਚੈਟ ਦੇ, ਉਹਦੇ ਉੱਪਰ ਜਿਹੜਾ ਸਰਵਿਸ ਪ੍ਰੋਵਾਈਡਰ ਜਿਹੜੀ ਕੰਪਨੀ ਹੁੰਦੀ ਆ ਉਹਦਾ ਜਿਹੜਾ ਨੇਮ ਸੀ ਉਹ ਚੇਂਜ ਹੋ ਰਿਹਾ ਸੀ, ਉਹ ਅਜੇ ਰੀਸੈਂਟਲੀ ਕਿਸੇ ਸ਼ੋਅ ਰਿਹਾ ਸੀ ਉਹ ਰੀਸੈਂਟਲੀ ਚੇਂਜ ਕੀਤਾ ਸੀ ਕੰਪਨੀ. ਹਾਂਜੀ ਸਰ, 2 ਡੇਜ਼ ਅਗੋ ਹੀ ਚੇਂਜ ਹੋਇਆ ਸੀ ਉਹਨਾਂ ਦੀ ਇੰਟਰਵਿਊ ਤੋਂ 2-3 ਡੇਜ਼.
ਤੇ ਵੀਜ਼ਾ ਆਫੀਸਰ ਨੇ ਇਹ ਵੀ ਡਾਊਟ ਕੀਤਾ ਸੀ ਕਿ ਮੈਨੂੰ ਲੱਗਦਾ ਹੈ ਜਿਹੜੀ ਇਹਨਾਂ ਨੇ ਫੋਟੋਸ ਬਣਾਈਆਂ ਸਾਰੀਆਂ ਫੇਕ ਬਣਾਈਆਂ ਕਿਉਂਕਿ ਇਸ ਨਾਂ ਦੀ ਕੋਈ ਵੀ ਟੈਲੀਕਾਮ ਕੰਪਨੀ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਇਸ ਟਾਈਮ ਨਹੀਂ ਹੈਗੀ। ਸੋ ਜਦੋਂ ਆਪਾਂ ਨੂੰ ਇਹ ਕੈਪਸ ਨੋਟ ਦੇ ਵਿੱਚ ਇਹ ਸਾਰਾ ਕੁਛ ਪਤਾ ਲੱਗਾ ਕਿ ਮਤਲਬ ਇਸ ਕਰਕੇ ਵੀਜ਼ਾ ਰਿਫਿਊਜ਼ ਹੋਇਆ ਤੇ ਆਪਾਂ ਫਿਰ ਇੱਕ ਛੋਟੀ ਫਾਈਲ ਬਣਾਈ ਤੇ ਉਹਦੇ ਵਿੱਚ ਆਪਾਂ ਇਹਨਾਂ ਦੇ ਕੋਲੋਂ ਇੱਕ ਇਹਨਾਂ ਦੇ ਜਿਹੜੇ ਹਸਬੈਂਡ ਸੀ ਉਹਨਾਂ ਨੇ ਦੱਸਿਆ ਸੀ ਕਿ ਮੈਂ ਇਸ ਕਰਕੇ ਆਇਆ ਸੀ ਕਿ ਮੇਰੇ ਫਾਦਰ ਦੀ ਜਿਹੜੀ ਤਬੀਅਤ ਹੈ ਉਹ ਠੀਕ ਨਹੀਂ ਰਹਿੰਦੀ ਸੀ ਤੇ ਉਹ ਕਾਫੀ ਬਿਮਾਰ ਹੋ ਗਏ ਸੀ। ਇੱਕ ਤਾਂ ਆਪਾਂ ਉਸ ਟਾਈਮ ਇਹਨਾਂ ਨੂੰ ਪੁੱਛਿਆ ਕਿ ਉਦੋਂ ਤੁਸੀਂ ਫਿਰ ਕੋਈ ਰਿਪੋਰਟਸ ਕਰਵਾਈਆਂ ਹੋਣਗੀਆਂ ਡਾਕਟਰ ਦੇ ਕੋਲ ਗਏ ਹੋਗੇ, ਉਹਨਾਂ ਨੇ ਕਿਹਾ ਹਾਂਜੀ, ਉਹਨਾਂ ਨੇ ਉਹ ਆਪਾਂ ਸਾਰੀਆਂ ਰਿਪੋਰਟਸ ਲਈਆਂ ਸਾਰਾ ਕੁਛ ਉਹ ਲੈ ਕੇ ਉਹਨੂੰ ਇੱਕ ਫਾਈਲ ਦੇ ਵਿੱਚ PDF ਦੇ ਵਿੱਚ ਸੇਵ ਕੀਤਾ ਤੇ ਦੈਨ ਜਿਹੜੀ ਇਹਨਾਂ ਨੂੰ ਮੇਲ ਆਈ ਸੀ ਜਿਹੜੀ ਕੰਪਨੀ ਨੇ ਮੇਲ ਕੀਤੀ ਸੀ ਕਿ ਅਸੀਂ ਆਪਣੀ ਕੰਪਨੀ ਦਾ ਨਾਮ ਜਿਹੜਾ ਵਾ ਉਹ ਚੇਂਜ ਕਰ ਰਹੇ ਹਾਂ, ਜਿਹੜੀ ਅਪਡੇਸ਼ਨ ਆਈ ਸੀ ਉਹ ਵੀ ਅਸੀਂ ਉਹਦੇ ਨਾਲ ਹੀ ਅਟੈਚ ਕੀਤੀ, ਨਾਲ ਮੈਂਸ਼ਨ ਕੀਤਾ। ਬਟ ਜਦੋਂ ਤੱਕ ਆਪਾਂ ਅਪਡੇਟ ਕਰਦੇ, ਜਦੋਂ ਤੱਕ ਕੀਤਾ, ਸ਼ਾਇਦ ਉਸ ਤੋਂ ਨੈਕਸਟ ਡੇ ਹੀ ਉਹਨਾਂ ਦਾ ਡਿਸੀਜਨ ਆ ਗਿਆ ਸੀ ਜਾਂ ਉਦੋਂ ਤੱਕ ਡਿਸੀਜਨ ਬਣ ਚੁੱਕਿਆ ਸੀ ਇਹਨਾਂ ਦਾ ਨੈਗੇਟਿਵ। ਐਕਚੁਅਲੀ ਔਨ ਦ ਸੇਮ ਡੇਟ ਸੇਮ ਦਿਨ, ਹਾਂਜੀ, ਕਿਉਂਕਿ ਜਦੋਂ ਆਪਾਂ ਉਹਨੂੰ ਅਪਡੇਟ ਕੀਤਾ ਸ਼ਾਇਦ ਉਦੋਂ ਤੱਕ ਅੰਬੈਸੀ ਆਪਣਾ ਡਿਸੀਜਨ ਲੈ ਚੁੱਕੀ ਸੀ ਤੇ ਉਹਨਾਂ ਨੇ ਰਿਫਿਊਜ਼ਲ ਦੇ ਦਿੱਤੀ। ਫਿਰ ਆਪਾਂ ਸੈਕਿੰਡ ਟਾਈਮ ਫਿਰ ਇਹਨਾਂ ਦਾ ਜਿਹੜਾ ਜਦੋਂ ਆਪਣੇ ਕੋਲੋਂ ਸੈਕਿੰਡ ਟਾਈਮ, ਵੈਸੇ ਇਹਨਾਂ ਦਾ ਥਰਡ ਟਾਈਮ ਹੋ ਗਿਆ ਪਰ ਆਪਣੇ ਵੱਲੋਂ ਇਹਨਾਂ ਦਾ ਜਦੋਂ ਆਪਾਂ ਇਹਨਾਂ ਦੇ ਸੈਕਿੰਡ ਟਾਈਮ ਇਹਨਾਂ ਦੀ ਫਾਈਲ ਨੂੰ ਆਪਾਂ ਲਾਂਚ ਕੀਤਾ, ਉਸ ਟਾਈਮ ਫਿਰ ਆਪਾਂ ਉਹ ਜਿਹੜੀ ਫਾਈਲ ਆਪਾਂ ਅਪਡੇਟ ਕੀਤੀ ਸੀ ਉਹਨੂੰ ਅਸੀਂ ਨਾਲ ਅਟੈਚ ਨਹੀਂ ਕੀਤਾ। ਅਸੀਂ ਸਿਰਫ ਇਹਨਾਂ ਦਾ ਫੰਡ ਜਿਹੜਾ ਇਨਕਰੀਜ਼ ਕਰਕੇ ਫੰਡਸ ਜਿਹੜੇ ਸੀ ਇਹਨਾਂ ਦੇ ਉਹ ਫਿਰ ਆਪਾਂ ਫਾਈਲ ਜਿਹੜੀ ਆ ਦੁਬਾਰਾ ਸਬਮਿਟ ਕੀਤੀ ਤੇ ਆਪਾਂ ਜਾਣ ਮਤਲਬ ਜਾਣ ਬੁੱਝ ਕੇ ਕਹਿ ਲਓ ਕਿ ਆਪਾਂ ਉਹ ਜਿਹੜੀ ਫਾਈਲ ਆ 2 MB ਦੀ ਜਿਹੜੀ ਸੀ ਜਿਹੜੀ ਆਪਾਂ ਸਪੈਸ਼ਲ ਬਣਾਈ ਸੀ ਉਹ ਆਪਾਂ ਆਫਟਰ 7 ਡੇਜ਼ ਜਾਂ 8 ਡੇਜ਼ ਇਹਨਾਂ ਦੀ ਫਾਈਲ ਸਬਮਿਸ਼ਨ ਤੋਂ ਬਾਅਦ ਚ ਅਪਡੇਟ ਕੀਤੀ ਤਾਂ ਕਿ ਵੀਜ਼ਾ ਜਦੋਂ ਉਹ ਅੰਬੈਸੀ ਦੇ ਵਿੱਚ ਅਪਡੇਟ ਹੋਵੇ ਤੇ ਉਹ ਇਸ ਫਾਈਲ ਨੂੰ ਅਲੱਗ ਦੇਖਣ ਨਾ ਕਿ ਫਾਈਲ ਦੇ ਵਿੱਚ ਦੇਖਣ, ਕਿਉਂਕਿ ਜੇ ਅਸੀਂ ਇਹਨੂੰ ਫਾਈਲ ਦੇ ਵਿੱਚ ਉਹ ਡਾਕੂਮੈਂਟਸ ਪਾ ਦਿੰਦੇ ਤੇ ਸ਼ਾਇਦ ਅੰਬੈਸੀ ਵਾਲੇ ਮੈਨੂੰ ਪਤਾ ਨਹੀਂ ਕਿਉਂਕਿ ਆਪਾਂ ਕਹਿ ਨਹੀਂ ਸਕਦੇ ਕਿ ਉਹ ਸਾਰੇ ਡਾਕੂਮੈਂਟਸ ਨੂੰ ਵਾਰੀ ਵਾਰੀ ਦੇਖਦੇ ਆ। ਕਈ ਵਾਰ ਉਹ ਜਿਹੜੇ ਡਾਕੂਮੈਂਟਸ ਆ ਹੋ ਸਕਦਾ ਉਹ ਲੁਕੇ ਰਹਿ ਜਾਂਦੇ ਜਾਂ ਉਹ ਨਾ ਦੇਖਦੇ ਜਾਂ ਉਹਨਾਂ ਦਾ ਧਿਆਨ ਨਾ ਜਾਂਦਾ। ਬਟ ਜਦੋਂ ਆਪਾਂ ਆਫਟਰ 7 ਡੇਜ਼ 8 ਡੇਜ਼ ਆਪਾਂ ਜਦੋਂ ਉਹਨੂੰ ਅਪਡੇਟ ਕੀਤਾ ਤੇ ਉਸ ਤੋਂ 2 ਜਾਂ 3 ਦਿਨ ਬਾਅਦ ਇਹਨਾਂ ਦਾ ਫਿਰ ਜਿਹੜਾ ਡਿਸੀਜਨ ਆ ਉਹ ਪੋਜ਼ਿਟਿਵ ਆਇਆ ਤੇ ਅੱਜ ਇਹਨਾਂ ਦੇ ਹਸਬੈਂਡ ਦੀ ਜਿਹੜੀ ਪਾਸਪੋਰਟ ਰਿਕੁਐਸਟ ਆ ਉਹ ਆ ਗਈ ਆ। ਇਹਦੇ 'ਚ ਦੱਸਣ ਦਾ ਸਰ ਸਿਰਫ ਇੰਨਾ ਹੀ ਕਾਰਨ ਹੈ ਕਿ ਜਦੋਂ ਆਪਾਂ ਪਿਛਲੀ ਰਿਫਿਊਜ਼ਲ ਆ ਜਾਂਦੀ ਆ ਉਹਦੇ 'ਚ ਜਿਹੜੇ ਕੰਸਰਨ ਹੁੰਦੇ ਆ ਜੇ ਆਪਾਂ ਨੂੰ ਉਹਨਾਂ ਨੂੰ ਨੈਕਸਟ ਫਾਈਲ ਦੇ ਵਿੱਚ ਐਡਰੈਸ ਨਹੀਂ ਕਰਦੇ ਤੇ ਸ਼ਾਇਦ ਆਪਾਂ ਨੂੰ ਵੀਜ਼ਾ ਮਿਲਣ ਦੇ ਚਾਂਸਸ ਜਿਹੜੇ ਹੁੰਦੇ ਆ ਉਹ ਨਾ ਦੇ ਬਰਾਬਰ ਹੁੰਦੇ। ਜਿਹੜੇ ਡਾਊਟਸ ਵੀਜ਼ਾ ਅਫਸਰ ਨੇ ਕਹਿਤੇ ਕਿ ਮੈਨੂੰ ਇਹਨਾਂ ਗੱਲਾਂ ਦੇ ਡਾਊਟ ਆ ਉਹ ਆਪਾਂ ਨੂੰ ਨੈਕਸਟ ਐਪਲੀਕੇਸ਼ਨ ਦੇ ਵਿੱਚ ਕਲੀਅਰ ਕਰਨੇ ਹੀ ਪੈਣਗੇ ਤਦ ਹੀ ਆਪਾਂ ਨੂੰ ਵੀਜ਼ਾ। Hello. Hello. ਤਜਰਬਾ ਹੈ ਜਿਹੜਾ ਰੂਲ ਚੇਂਜ ਹੋ ਗਏ। ਆਈ ਵਾਜ਼ ਨਾਟ ਅਵੇਅਰ ਕਿ ਹਨਾ ਇੰਨੇ ਟਫ ਮਤਲਬ ਕਿ ਉਹ ਇੰਨੇ ਰਿਫਿਊਜ਼ਲ ਦੇ ਰਿਹਾ ਤੇ ਦੈਟਸ ਵਾਈ ਮੇਰੀ ਪਹਿਲੀ ਫਾਈਲ ਚ ਮੈਂ ਹੀ ਗਲਤੀ ਕੀਤੀ ਸੀਗੀ ਤੇ ਉਹ ਫਿਰ ਮੈਨੂੰ ਸੁਖਮਨ ਸਰ ਨੇ ਸਾਰਾ ਕੁਛ ਸਮਝਾਇਆ ਕਿ ਤੁਸੀਂ ਮੈਡਮ ਤੁਸੀਂ ਆਹ ਆਹ ਗਲਤੀਆਂ ਕੀਤੀਆਂ। ਫਿਰ ਸਰ ਮੈਂ ਤੁਹਾਡੇ ਨਾਲ ਗੱਲ ਕੀਤੀ, ਫਿਰ ਤੁਸੀਂ ਪਹਿਲੀ ਵਾਰੀ ਜਦੋਂ ਆਪਣੀ ਰਿਫਿਊਜ਼ਲ ਆਈ ਉਹਦੇ ਵਿੱਚ ਫੰਡਸ ਦੀ ਪ੍ਰੋਬਲਮ ਸੀਗੀ, ਫਿਰ ਸੈਕਿੰਡ ਟਾਈਮ ਜਦੋਂ ਫੰਡਸ ਇਨਕਰੀਜ਼ ਕਰ ਦਿੱਤੇ ਫਿਰ ਮੇਰੇ ਹਿਸਾਬ ਨਾਲ ਉਹਨਾਂ ਕੋਲ ਕੋਈ ਰੀਜ਼ਨ ਨਹੀਂ ਬਚਿਆ ਰਿਫਿਊਜ਼ ਕਰਨ ਦਾ ਕਿਉਂਕਿ ਐਵਰੀਥਿੰਗ ਵਾਜ਼ ਕਲੀਅਰ
ਕਿ ਨਹੀਂ ਸੌਰੀ ਮੈਮ ਮੈਂ ਇੱਥੇ ਤੁਹਾਨੂੰ ਇੰਟਰਪਟ ਕਰੂੰਗਾ, ਜਿਹੜੀ ਸੈਕਿੰਡ ਜਦੋਂ ਰਿਫਿਊਜ਼ਲ ਆਈ ਸੀ ਉਹਦੇ ਵਿੱਚ ਫੰਡਸ ਦੀ ਪ੍ਰੋਬਲਮ ਨਹੀਂ ਸੀ, ਉਹਨਾਂ ਨੇ ਜਸਟ ਇੱਕ ਰਿਫਿਊਜ਼ਲ ਲੈਟਰ ਦੇ ਉੱਪਰ ਮੈਂਸ਼ਨ ਕਰ ਦਿੰਦੇ ਆ ਕਿ ਸਾਨੂੰ ਲੱਗਦਾ ਤੁਸੀਂ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਇੰਨਾ ਵਧੀਆ ਨਹੀਂ, ਤੁਸੀਂ ਵਾਪਸ ਨਹੀਂ ਆਓਗੇ, ਬਟ ਜਦੋਂ ਕੈਫਸ ਨੋਟ ਆਉਂਦੇ ਆ ਅਸਲ ਗੱਲਾਂ ਉਹਦੇ ਵਿੱਚ ਨਿਕਲ ਕੇ ਆਉਂਦੀਆਂ। ਜਿਵੇਂ ਤੁਹਾਡੇ ਚ ਉਹਨੇ ਵੀਜ਼ਾ ਆਫਿਸਰ ਨੇ ਮੇਨ ਦੋ ਗੱਲਾਂ ਤੇ ਫੋਕਸ ਕੀਤਾ ਕਿ ਇੱਕ ਤਾਂ ਮੈਨੂੰ ਲੱਗਦਾ ਆ ਕਿ ਤੁਸੀਂ ਜਦੋਂ ਤੁਹਾਡੀ ਵਾਈਫ ਦਾ ਸਟੇਟਸ ਉੱਧਰ ਚੇਂਜ ਹੋਇਆ ਤੁਸੀਂ ਉਦੋਂ ਇੰਡੀਆ ਆ ਗਏ ਕਿ ਹੁਣ ਮੈਂ ਮੈਰਿਜ ਕਰਾ ਕੇ ਕੈਨੇਡਾ ਚਲਾ ਜਾਊਂਗਾ, ਦੂਸਰਾ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਫੋਟੋਗ੍ਰਾਫਸ ਆ ਉਹ ਫੇਕ ਲੱਗਦੀ ਆ ਮੈਨੂੰ। ਹਾਂਜੀ ਉਹ ਫਸਟ ਟਾਈਮ ਰਿਫਿਊਜ਼ਲ ਤੇ ਹਨਾ ਮੈਂ ਗੱਲ ਕਰ ਰਹੀ ਹਾਂ, ਜਦੋਂ ਸੈਕਿੰਡ ਟਾਈਮ ਰਿਫਿਊਜ਼ਲ ਆਈ ਸੀ ਉਦੋਂ ਉਹਨਾਂ ਨੇ ਕਿਹਾ ਕਿ ਤੁਹਾਡਾ ਇਕਨੋਮਿਕ ਸਟੇਟਸ ਜਿਹੜਾ ਆ ਉਹ ਠੀਕ ਨਹੀਂ ਆ, ਮਤਲਬ ਇੰਡੀਆ ਹਨਾ, ਕਿ ਸਾਨੂੰ ਲੱਗਦਾ ਨਹੀਂ ਕਿ ਤੁਸੀਂ ਵਾਪਸ ਜਾਓਗੇ। Well, I guess you know, congratulations is due. Thank you, sir. Thank you so much. Just because of you and Sukman, sir. And Sukman, I guess you know, he's coming to Yukon pretty soon. Yes, he is. Main actually case study kar raha si, mere ko ek case ho raha hai pichle 2 din se. Just want to mention to you how complicated these applications are. Any application easy nahi hai aajkal. Haan ji sir, easy application which main dekha ke interview hoya husband da, interview husband vadhiya tarike naal jawab nahi de sakya. That what happened to me sir, is sade case ch vi idda hi hoya siga. Par dekho is case vich jehde case main tuhanu main refer kar raha ke ਇਸ ਕੇਸ ਵਿੱਚ ਵੀਜ਼ਾ ਆਫੀਸਰ ਨੇ ਇਹ ਇਹ ਕਹਿ ਕਰ ਉਹਨਾਂ ਨੂੰ ਬੈਨ ਵੀ ਕਰਤਾ ਕਿ ਵੀ ਤੁਸੀਂ ਜੋ ਆਪਣੀ ਮੈਰਿਜ ਸਰਟੀਫਿਕੇਟ ਇਨਫੋਰਮੇਸ਼ਨ ਦਿੱਤੀ ਹੈ ਫਲਾਨਾ ਸਾਰਾ ਤੁਸੀਂ ਮੈਰਿਜ ਤੁਹਾਨੂੰ ਵਾਈਫ ਦੇ ਬਾਰੇ ਕੁਛ ਪਤਾ ਨਹੀਂ ਵਗੈਰਾ ਵਗੈਰਾ ਕਾਫੀ ਕੁਛ ਹੈ, ਸੋ ਮੈਂ ਆਈ ਐਮ ਬੈਨਿੰਗ ਯੂ, ਮਤਲਬ ਕਿ ਯੂ ਆਰ ਨੋਟ ਅ ਸਪਾਊਸ, ਤੁਸੀਂ ਆਪਣੇ ਆਪ ਨੂੰ ਸਪਾਊਸ ਤਾਂ ਹਰ ਈਵਨ ਦੋ ਦੇ ਹੈਵ ਅ ਮੈਰਿਜ ਸਰਟੀਫਿਕੇਟ ਬਾਏ ਦੇ ਵੇ ਈਵਨ ਦੋ ਦੇ ਹੈਵ ਅ ਮੈਰਿਜ ਸਰਟੀਫਿਕੇਟ ਬਟ ਯੂ ਆਰ ਨੋਟ ਅ ਸਪਾਊਸ ਐਜ਼ ਪਰ ਦ ਡੈਫੀਨੇਸ਼ਨ ਆਫ Immigration Refugee Protection Act. I am banning you for 5 years kyunki agar je galti na tuhanu visa milda te eh ek sadi galti ho kar na Immigration Refugee Protection Act di galti ho kar matlab ki tuhanu galat visa mil jana si, to is karke tuhanu main ban kar. What I am saying is this ke marriage di genuineness prove karna bona fide is very important. ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਉਹ ਸਿਰਫ ਰਿਫਿਊਜ਼ ਹੀ ਨਹੀਂ ਕਰਦੇ, ਰਿਫਿਊਜ਼ ਕਰਕੇ ਤੁਹਾਨੂੰ ਬੈਨ ਵੀ ਕਰ ਸਕਦੇ। ਸੋ ਦਿਸ ਇਜ਼ ਦ ਸਟੇਟ ਆਫ ਅਫੇਅਰਸ ਰਾਈਟ ਨਾਓ। ਇਹ ਪਿਛਲੇ ਸਾਲ ਜਾਂ 2 ਸਾਲ ਪਹਿਲਾਂ ਨਹੀਂ ਹੁੰਦਾ ਸੀ ਇਸ ਤਰ੍ਹਾਂ, ਮੈਨੂੰ ਯਾਦ ਹੈ ਜਦ ਮੈਂ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਮੈਂ ਕੇਸ ਕੀਤਾ ਸੀ, ਬਿਲਕੁਲ ਝਟਪਟ ਹੋ ਜਾਂਦੇ ਸੀ, ਬਹੁਤ ਸਿੰਪਲ ਕੇਸਿਸ ਸੀਗੇ ਸਰ ਮੇਰੇ ਤੋਂ, ਮੇਰੀ ਫਰੈਂਡ ਦੀ ਮੇਰੇ ਤੋਂ ਸਿਰਫ ਥੋੜਾ ਚਿਰ ਪਹਿਲਾਂ 6 ਮਹੀਨੇ ਪਹਿਲਾਂ ਮੈਰਿਜ ਹੋਈ ਸੀਗੀ ਐਂਡ ਉਹਦੇ ਹਸਬੈਂਡ 4 ਮਹੀਨੇ ਤੋਂ ਬਾਅਦ ਮਤਲਬ ਜਿੱਦਾਂ ਆ ਗਏ ਵਿਦ ਇਨ, ਤੇ ਫਿਰ ਉਸ ਤੋਂ 2 ਮਹੀਨੇ ਬਾਅਦ ਮੇਰੀ ਮੈਰਿਜ ਹੋਈ। ਫਿਰ ਮੈਂ ਜਿੱਦਾਂ ਆਪਣਾ ਵੇਟ ਕੀਤਾ ਥੋੜਾ, ਮਤਲਬ ਕਿ ਮੇਰੀ ਜੋਬ ਦਾ, ਕਿਉਂਕਿ ਜੋਬ ਦਾ ਸਟੇਟਸ ਚਾਹੀਦਾ ਹੁੰਦਾ ਕਿ ਤੁਸੀਂ 9 ਮਹੀਨੇ ਕੰਮ ਕਰ ਰਹੇ ਹੋ, ਤੇ ਉਸ ਤੋਂ ਬਾਅਦ ਮੈਂ ਅਵੇਅਰ ਨਹੀਂ ਸੀ ਐਕਚੁਅਲੀ ਹਨਾ ਕਿ ਇੰਨਾ ਸਟ੍ਰਿਕਟ ਰੂਲਸ ਚੇਂਜ ਹੋ ਗਏ, ਇੰਨੇ ਟਫ ਕਰ ਦਿੱਤੇ ਉਹਨਾਂ ਨੇ। ਪਰ ਜਿਨ੍ਹਾਂ ਕੋਲ ਸਾਰੇ ਪੂਰੇ ਪੁਖਤਾ ਸਬੂਤ ਹੈ, ਜਿਨ੍ਹਾਂ ਕੋਲ ਸਾਰੇ ਸਭ ਕੁਝ ਸਟਿਚ ਹੈ ਸਾਰਾ, ਉਹਨਾਂ ਦੇ ਕੇਸ ਵਿਦ ਇਨ 20 ਡੇਜ਼ ਤੱਕ ਆ ਜਾਏਗਾ। ਇੱਕ ਮੇਰਾ ਕਲਾਇੰਟ ਸੀ ਪਿਛਲੇ 2-3-4 ਦਿਨ ਪਹਿਲਾਂ ਮੈਂ ਉਹਦੀ ਵੀਡੀਓ ਬਣਾਈ ਸੀ ਫਰੋਮ ਆਂਧਰਾ ਪ੍ਰਦੇਸ਼, ਤੇ ਉਹ ਤੇ ਦੇਖੋ ਉਹਨਾਂ ਨੇ ਤੇ ਕੇਸ ਆਪਣੇ ਆਪ ਹੀ ਲਾਇਆ, ਵੀ ਜਸਟ ਟਾਕਡ ਅਬਾਊਟ ਕਿਹੜੇ ਕਿਹੜੇ ਚੀਜ਼ ਲੱਗਣੀ ਹੈ। ਸੋ ਵਿਦ ਇਨ ਆਈ ਥਿੰਕ 10-14 ਡੇਜ਼ ਵਿੱਚ ਉਹਨਾਂ ਦਾ ਵੀਜ਼ਾ ਆ ਗਿਆ ਸੀ ਫਰੋਮ ਆਂਧਰਾ। ਇਹ ਜ਼ਰੂਰ ਹੈ ਸਾਡੇ 'ਚ ਐਕਚੁਅਲੀ ਨਾ, ਜਿਹੜਾ ਨਾਰਥਨ ਬੈਲਟ ਹੈ ਜਿਹੜਾ ਨਿਊ ਦਿੱਲੀ ਐਂਡ ਚੰਡੀਗੜ੍ਹ, ਉੱਧਰ ਦਾ ਅਪਰੂਵਲ ਰੇਟ ਇੰਨਾ ਜ਼ਿਆਦਾ ਹਾਈ ਨਹੀਂ ਐਜ਼ ਕੰਪੇਅਰ ਟੂ ਬੈਂਗਲੋਰ। But anyway, all is well that ends well. Everything has concluded. So, I think Sukman will give you, I think maybe it's the passport request. So to see passport request of my husband to take a, let him submit the request and within 3-4 business days, he should get the passport with the visa back. Sir, in the husband, I think ja rahe hai Jalandhar this time. ਮੈਨੂੰ
ਮੈਨੂੰ ਸਰ ਮੈਨੂੰ ਬਹੁਤ ਦੁੱਖ ਲੱਗਿਆ ਸੀਗਾ ਮੈਂ ਕਿਹਾ ਮੈਂ ਇੱਥੇ ਰਹਿਣਾ ਨਹੀਂ ਕਿਹਾ ਕੈਨੇਡਾ ਵਿੱਚ ਕਿੰਨੇ ਕਿੱਦਾਂ ਦੇ ਲੋਕ ਹੈ ਰਿਫਿਊਜ਼ ਕਰ ਦਿੰਦੇ ਆ ਜੈਨੂਇਨ ਰਿਲੇਸ਼ਨ ਨੂੰ ਵੀ ਤੇ ਇਸ ਲਈ ਸਰ ਮੈਂ ਮੈਨੂੰ ਦੁੱਖ ਲੱਗਦਾ ਸੀ ਉਦੋਂ ਤਾਂ ਕਰਕੇ ਮੈਂ ਇੱਦਾਂ ਕਹਿੰਦੀ ਸੀ ਮੈਨੂੰ ਇਹ ਪਰਸਨਲੀ ਫੀਲ ਹੁੰਦਾ ਐਕਚੁਅਲੀ ਜਦ ਹਸਬੈਂਡ ਵਾਈਫ ਇਸ ਤਰ੍ਹਾਂ ਸਫਰ ਕਰਦੇ ਆ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਐਪਲੀਕੇਸ਼ਨ ਲਾਈ ਜੋ ਨਹੀਂ ਆਇਆ ਜੋ ਵੀ ਨਹੀਂ ਕਾਗਜ਼ ਕੰਮ ਨਹੀਂ ਹੋਇਆ ਐਂਡ ਦੈਨ ਦੇ ਆਰ ਸਫਰਿੰਗ ਬਿਕੋਜ਼ ਉਹਨਾਂ ਨੂੰ ਨੌਲੇਜ ਨਹੀਂ ਸੀ ਪਹਿਲਾਂ ਕਿ ਕਿਸ ਤਰ੍ਹਾਂ ਹਾਂਜੀ ਸਰ ਐਂਡ ਸਮ ਟਾਈਮਸ ਦੇ ਹੈਵ ਅ ਪਲਾਨ ਸੋ ਆਈ ਐਮ ਵੈਰੀ ਪੇਨਫੁਲ ਆਈ ਮੀਨ ਆਈ ਫੀਲ ਦ ਪੇਨ ਟੂ ਮਚ ਆਈ ਹੋਪ ਆਈ ਸਮ ਕੇਸਸ ਆਈ ਕੈਨ ਡੂ ਸਮਥਿੰਗ ਪਰ ਜਿੱਥੇ ਬੈਨ ਲੱਗ ਜਾਏ ਉੱਥੇ ਮੈਂ ਵੀ ਕੁਝ ਨਹੀਂ ਕਰ ਸਕਦਾ ਹਾਂਜੀ ਸਰ ਇੱਥੇ ਹਾਂਜੀ ਬੈਨ ਸਰ ਫਿਰ ਮਤਲਬ ਥੋੜੇ ਟਾਈਮ ਲਈ ਲਾਉਂਦੇ ਆ ਕਿ 5 ਸਾਲ ਦਾ 5 ਇਅਰਸ ਦੀ ਬੈਨ ਹੁੰਦਾ ਕਿ 5 ਇਅਰਸ ਤੱਕ ਕੋਈ ਤੁਸੀਂ ਐਪਲੀਕੇਸ਼ਨ ਨਹੀਂ ਕਰ ਸਕਦੇ ਫਿਰ ਭਾਵੇਂ ਐਕਚੁਅਲੀ ਵਾਈਫ ਵਰਕ ਪਰਮਿਟ ਦੇ ਬਾਅਦ ਫਿਰ ਪੀਐਨਪੀ ਵੀ ਬਣ ਜਾਏ ਪੀਆਰ ਵੀ ਬਣ ਜਾਏ ਮਤਲਬ 5 ਇਅਰਸ ਤੱਕ ਉਹ ਹਸਬੈਂਡ ਨੂੰ ਕੋਈ ਮੌਕਾ ਨਹੀਂ ਮਿਲੇਗਾ ਅੰਦਰ ਆਉਣ ਦਾ ਸੋ ਇਟ ਇਜ਼ ਅ ਵੈਰੀ ਬਿਗ ਇਨਜਸਟਿਸ ਐਂਡ ਯੂ ਨੋ ਇਟਸ ਅ ਗ੍ਰੇਟ ਪਨਿਸ਼ਮੈਂਟ ਟੂ ਦੈਮ ਬੇਸਡ ਔਨ ਸਰਟਨ ਯੂ ਨੋ ਮਿਸਟੇਕਸ ਕਈ ਵਾਰ ਅਸੀਂ ਛੋਟੇ ਛੋਟੇ ਜਿਹੜੇ ਕੁਐਸਚਨਸ ਹੈ ਉਹਦੇ ਵਿੱਚ ਭਰਿਆ ਹੁੰਦਾ ਕਿ ਵੀ ਹੈਵ ਯੂ ਬੀਨ ਰਿਫਿਊਜ਼ ਫੋਰ ਐਨੀ ਵੀਜ਼ਾ ਲੋਕ ਸੋਚਦੇ ਕਿ ਵੀ ਅਮਰੀਕਾ ਵੀਜ਼ਾ ਅਗਰ ਰਿਫਿਊਜ਼ ਹੋ ਗਿਆ ਤਾਂ ਦੇਰ ਇਜ਼ ਨੋ ਨੀਡ ਟੂ ਰਾਈਟ ਹੇਅਰ ਉਹ ਵੀ ਹੁੰਦਾ ਅੱਛਾ ਇੱਕ ਚੀਜ਼ ਹੋਰ ਹੈ ਮੈਨੂੰ ਯਾਦ ਆ ਗਈ ਇੱਕਦਮ ਕਿ ਕਈ ਵਾਰ ਤੁਸੀਂ ਦੇਖੋ ਕਿ ਵੀ ਪੰਜਾਬ ਦੇ ਵਿੱਚ ਜਿਹੜੇ ਲੋਕ ਮੈਰਿਜ ਕਰ ਰਹੇ ਹੈ ਉਸ ਵਕਤ ਅਗਰ ਵਾਈਫ ਨੇ ਮੈਰਿਜ ਕਰ ਲਈ ਅਤੇ ਮੈਰਿਜ ਕਰਨ ਦੇ ਬਾਅਦ ਫਿਰ ਸਟੂਡੈਂਟ ਵੀਜ਼ਾ ਫਾਈਲ ਆਈ ਅਤੇ ਕਈ ਵਾਰ ਏਜੰਟਾਂ ਦਾ ਇਹ ਹੁੰਦਾ ਕਿ ਵੀ ਤੁਸੀਂ ਮੈਰਿਡ ਨਾ ਸ਼ੋਅ ਕਰੋ ਤੁਸੀਂ ਸਿੰਗਲ ਸ਼ੋਅ ਕਰ ਲਓ ਸੋ ਸਿੰਗਲ ਕਰਕੇ ਸ਼ਾਇਦ ਤੁਹਾਡਾ ਵੀਜ਼ਾ ਈਜ਼ੀ ਲੱਗ ਜਾਣਾ ਅਤੇ ਉਹਨਾਂ ਦਾ ਵੀਜ਼ਾ ਲੱਗ ਵੀ ਗਿਆ ਜੇ ਲੱਗ ਕੇ ਇੱਧਰ ਆ ਗਿਆ ਫਿਰ ਜਾ ਕੇ ਪ੍ਰੋਬਲਮ ਹੁੰਦੀ ਹੈ ਕਿ ਵੀ ਤੁਸੀਂ ਉਸ ਵਕਤ ਮੈਰਿਡ ਸੀ ਅਗਰ ਜੇ ਮੈਰਿਜ ਸੈਰੇਮਨੀ ਤੁਹਾਡੀ ਪਹਿਲੇ ਹੋ ਗਈ ਜਾਂ ਰਜਿਸਟ੍ਰੇਸ਼ਨ ਵੀ ਹੋ ਗਿਆ ਤੇ ਫਿਰ ਤੁਸੀਂ ਆਪਣੇ ਆਪ ਸਿੰਗਲ ਕਿਉਂ ਸ਼ੋ ਕੀਤਾ ਸਿੰਗਲ ਕਿਉਂ ਸ਼ੋ ਕੀਤਾ ਫਿਰ ਉਹਨ ਮੈਰਿਡ ਕਰਕੇ ਮੈਰਿਡ ਕੁਛ ਵੀ ਸਰ ਇਲੀਗਲ ਅਗਰ ਕੁਛ ਵੀ ਹੈ ਤਾਂ ਫਿਰ ਗਲਤ ਹੋ ਜਾਂਦਾ ਨਾ ਅੱਗੇ ਜਾ ਕੇ ਹੁਣ ਜਦੋਂ ਸਾਰਾ ਕੁਛ ਲੀਗਲ ਆ ਜੇ ਤੁਸੀਂ ਨਹੀਂ ਪ੍ਰੂਫ ਕਰ ਪਾਏ ਤਾਂ ਯੂ ਹੈਵ ਸੈਕਿੰਡ ਚਾਂਸ ਜਦੋਂ ਜੇ ਇਲੀਗਲ ਹੋ ਜਾਂਦਾ ਫਿਰ ਉਹ ਗਲਤ ਹੋ ਜਾਂਦਾ ਹੈ ਇਹਦੇ ਚ ਇਸ ਤਰ੍ਹਾਂ ਆ ਕਿ ਜੇ ਜਿਵੇਂ ਉਹ ਮੈਰਿਜ ਸ਼ੋ ਕਰਦੇ ਆ ਪੰਜਾਬ ਦੇ ਵਿੱਚ ਜਿਹੜਾ ਟ੍ਰੈਂਡ ਆ ਕਿ ਜਦੋਂ ਤੁਹਾਡਾ ਵੀਜ਼ਾ ਆ ਗਿਆ ਜਿਹੜੀ ਮੈਰਿਜ ਤੇ ਪਹਿਲਾਂ ਤਾਂ ਹੋਈ ਹੋਈ ਨਹੀਂ ਉਹ ਫਿਰ ਕੀ ਕਰਦੇ ਆ ਵੀਜ਼ਾ ਤੋਂ ਕੋਈ 3-4 ਦਿਨ ਪਹਿਲਾਂ ਦਾ ਜਿਹੜਾ ਵਾ ਰਜਿਸਟਰ ਕਰਵਾ ਲੈਂਦੇ ਮੈਰਿਜ ਨੂੰ ਰਜਿਸਟਰਾਰ ਦੇ ਆਫਿਸ ਜਾ ਕੇ ਠੀਕ ਹੈ ਬਟ ਜਦੋਂ ਫਿਰ ਉਹ ਜਦੋਂ ਨੈਕਸਟ ਟਾਈਮ ਫਾਈਲ ਲਾਉਂਦੇ ਜਦੋਂ ਸ਼ੋਅ ਕਰਦੇ ਆ ਕਿ ਹਾਂਜੀ ਜੀ ਤੁਸੀਂ ਕਿੰਨਾ ਟਾਈਮ ਹਸਬੈਂਡ ਵਾਈਫ ਇਕੱਠੇ ਰਹੇ 20 days, 25 days, 4 months, 5 months ਪੋਸਿਬਿਲਟੀ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਅਤੇ ਜਿਹੜੇ ਕੰਸਲਟੈਂਟ ਏਜੰਟ ਜਿਹੜੇ ਆਪਣੀ ਰਾਏ ਦਿੰਦੇ ਉਹਨਾਂ ਨੂੰ ਫਿਰ ਉਹ ਵੀ ਫਸੇ ਹੋ ਜਾਂਦੇ ਆ ਕਿ ਉਹਨਾਂ ਨੂੰ ਕਦੇ ਵੀ ਸਰ ਮੈਂ ਚਾਹੁੰਦਾ ਕਿ ਤੁਸੀਂ ਵੀ ਇੱਕ ਮੈਸੇਜ ਦਿਓ ਕਿ ਲੋਕਾਂ ਨੂੰ ਕਿਉਂਕਿ ਉਹ ਇਸ ਗੱਲ ਦੇ ਵਿੱਚ ਨਾ ਆਉਣ ਕਿ ਜਿਹੜੇ ਉੱਥੋਂ ਦੇ ਕੰਸਲਟੈਂਟ ਕਹਿੰਦੇ ਆ ਕਿ ਤੁਸੀਂ ਮੈਰਿਜ ਨਾ ਸ਼ੋਅ ਕਰੋ ਜੇ ਤੁਸੀਂ ਮੈਰਿਜ ਸ਼ੋਅ ਕਰੋਗੇ ਤੇ ਉਹਦੇ ਨਾਲ ਤੁਹਾਡਾ ਵੀਜ਼ਾ ਰਿਫਿਊਜ਼ ਹੋਏਗਾ ਸਟੱਡੀ ਪਰਮਿਟ ਜਦਕਿ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੁੰਦਾ ਜਿਹਨਾਂ ਦੇ 4-4, 5-5 ਸਾਲ ਦੇ ਬੱਚੇ ਵੀ ਆ ਉਹਨਾਂ ਦੇ ਸਟੱਡੀ ਪਰਮਿਟ ਵੀ ਉਹਨਾਂ ਨੂੰ ਮਿਲਦਾ ਆ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਯਾ ਹਾਂਜੀ ਚਲੋ ਆਪਾਂ ਦੇਂਗੇ ਇੱਕ ਸੈਪਰੇਟ ਵੀਡੀਓ ਬਣਾ ਕੇ ਦੇਵਾਂਗੇ ਉਸ ਤਰ੍ਹਾਂ ਦੇ ਮੈਸੇਜ ਸੋ ਆਈ ਫਾਈਨਲੀ ਫਾਈਂਡ ਇਟ ਆਈ ਵਿਸ਼ ਯੂ ਵੈਲ ਐਂਡ ਯੋਰ ਹਸਬੰਡ ਮੇਰੇ ਕੋਲ ਹੈਲੋ ਹੋਇਆ
ਜੇ ਕਿਤੇ ਸਰ ਟਾਈਮ ਜੇ ਕਿਤੇ ਮੈਂ ਉਧਰ ਆਈ ਤਾਂ ਜ਼ਰੂਰ ਤੁਹਾਨੂੰ ਤੇ ਸੁਖਮਨ ਸਰ ਨੂੰ ਮੈਂ ਥੈਂਕ ਯੂ ਕਰਨ ਆਣਾ ਜਦੋਂ ਵੀ ਲਾਈਫ 'ਚ ਟਾਈਮ ਲੱਗਿਆ। ਨਹੀਂ ਤੁਸੀਂ ਯੂਕਨ ਯੂਕਨ ਜਾਂਦੇ ਕਿਸ ਤਰ੍ਹਾਂ ਹੋ, ਕਿਹੜੇ ਏਅਰਪੋਰਟ ਤੋਂ ਤੁਸੀਂ ਟ੍ਰਾਂਜ਼ਿਟ ਕਰਦੇ ਹੋ? ਵੈਨਕੂਵਰ ਤੋਂ ਸਰ। ਹਾਂ ਤੇ ਪਹਿਲਾਂ ਵੈਨਕੂਵਰ ਵੈਨਕੂਵਰ ਤੇ ਹੋਰ ਉਹਦਾ ਉਹਦਾ ਹੈ ਹੀ ਬੱਸ ਹੈ ਉੱਥੇ ਵੈਨਕੂਵਰ ਹੀ ਹੈ ਵੈਨਕੂਵਰ ਹੀ ਹੈ। ਹਾਂ ਜੀ ਸਰ। ਸੋ ਹੀ ਇਸ ਇਨ ਵੈਨਕੂਵਰ ਆਈ ਐਮ ਇਨ ਐਡਮਿੰਟਨ। ਓਕੇ ਸਰ। ਹਾਂ ਜੀ ਓਕੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ। ਬਾਏ।